ਈਵਨ ਪੰਜਾਬੀ ਦੇ ਐਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਕੱਲ੍ਹ ਦਾ ਦਿਨ ਬਹੁਤ ਹੀ ਭਿਆਨਕ ਦਿਨ ਸੀ। ਕੁਦਰਤ ਇੰਨੀ ਮਿਹਰਬਾਨ ਸੀ ਕਿ ਚਾਰੇ ਪਾਸੇ ਪੰਜਾਬ ਦੇ ਪਾਣੀ ਪਾਣੀ ਕਰ ਦਿੱਤਾ ਹੈ ਔਰ ਬਹੁਤ ਸਾਰਾ ਨੁਕਸਾਨ ਵੀ ਹੋਇਆ, ਫਸਲਵਾੜੀ ਦਾ ਨੁਕਸਾਨ ਹੋਇਆ, ਗਰੀਬ ਜਿਹੜੇ ਕਿ ਝੁੱਗੀਆਂ ਝੌਂਫੜੀਆਂ ਵਿੱਚ ਰਹਿੰਦੇ ਸੀ ਉਹਨਾਂ ਦਾ ਨੁਕਸਾਨ ਹੋਇਆ। ਲੇਕਿਨ ਟਾਂਡੇ ਦੇ ਨੇੜੇ ਇੱਕ ਪਿੰਡ ਹੈ ਜੀ, ਉਸ ਪਿੰਡ ਦਾ ਨਾਮ ਹੈ ਝਬਾਲ। ਉਹ ਪਿੰਡ ਦੇ ਵਿੱਚ ਇੱਕ ਅਚਾਨਕ ਜਿਹੜੀ ਕਾਲਜ ਦੀ ਬੱਸ ਸੀ ਉਹ ਪਾਣੀ ਦੇ ਵਿੱਚ ਫਸ ਗਈ ਔਰ ਵਾਇਰਲ ਹੋ ਰਿਹਾ ਪੂਰਾ ਵੀਡੀਓ, ਤੁਸੀਂ ਪਹਿਲਾਂ ਉਹ ਵੀਡੀਓ ਵੇਖੋ। ਭਾਜੀ ਪਰੇ ਹੋਈ ਮਾੜਾ ਜਿਹਾ, ਇੱਧਰ ਆ ਜਾ ਮੇਰਾ, ਤੂੰ ਕਾਹਦੇ ਪਾਣੀ ਦੇ ਛਤਰੀ ਉੱਤੇ ਦੇਈਂ। ਉਹ ਕੋਈ ਨਹੀਂ ਕੋਈ ਨਹੀਂ, ਇੱਦਾਂ ਬਾਂਹ ਫੜ ਕੇ ਗਾਂ ਤੋਂ ਗਾਂ ਨਿਆਣਿਆਂ ਨੂੰ ਕਰੀ ਚਲੋ। ਉਹ ਮੋਰ ਦੀ ਕੱਢ ਲਾ, ਕੋਈ ਨਹੀਂ ਯਾਰ। ਉਹ ਨਹੀਂ ਮੋਰ ਦੀ ਉਹ ਸੀਟਾਂ ਉਹ ਹੋਣੀਆਂ ਨਾ। ਓ ਹਾਂ, ਸ਼ੁਕਰ ਆ ਲੈ ਭਰੀ ਆ, ਆਰਾਮ ਅੱਠ ਨੌ ਕੁੜੀਆਂ ਹੋਣੀਆਂ ਮੇਰੇ ਖਿਆਲ 'ਚ। ਉਹ ਬੈਗ ਇਹਨਾਂ ਨੂੰ ਕਹਿ ਸਿਰ 'ਤੇ ਰੱਖ ਲਓ, ਬੈਗ ਭੇਜ। ਉਹ ਬੈਗਾਂ ਦਾ ਕੋਈ ਨਹੀਂ, ਬੈਗਾਂ ਦਾ ਕਿਤਾਬਾਂ ਨਾ ਭੇਜੇ ਜਾਣ, ਨਹੀਂ ਸਿਰ 'ਤੇ ਰੱਖ। ਕਿਤਾਬਾਂ ਦਾ ਕੋਈ ਨਹੀਂ ਯਾਰ, ਜਾਨ ਬਚਣੀ ਚਾਹੀਦੀ ਆ। ਇਹਦੇ ਮੈਂ ਕਹਿੰਦਾ ਬਾਹਰ ਕੱਢ ਕੇ ਨਾ ਨਾ, ਹੁਣੇ ਹੁਣੇ ਇਸੇ ਟਾਈਮ ਇਹਨੂੰ ਇਸ਼ਾਰਾ ਵੀ ਕਰੀ ਜਾਂਦੇ ਆ ਇਹਨੂੰ। ਇੰਨਾ ਖਤਰਨਾਕ ਕੰਮ ਆ ਇਹੋ, ਦੇਖ ਲੈ ਉਧਰੋਂ ਆਉਂਦੀ ਬਾਂਬਿਆਂ ਨੂੰ ਘੁੰਮ। ਓਏ ਬਹੁਤ ਬਾਜਾ ਮਾਰੀਆਂ ਪਾ, ਦੇਖਦੇ ਦੇਖਦੇ ਤਾਂ ਕੰਮ ਹੋ ਗਿਆ, ਫਰਦੀ ਹੋ ਗਈ ਆ ਬੇਵਕੂਫ। ਮੈਡਮ ਵੀ ਆ ਵਿੱਚ, ਸਾਰੇ ਨਿਆਣੇ ਵਿੱਚ ਆ। ਮੈਂ ਕਹਿੰਦਾ ਗੱਡੀ ਨੂੰ ਧੱਕਾ ਦੇ ਕੇ ਪਰੇ ਕਰੋ, ਨਿਆਣੇ ਕੱਢ ਕੇ ਸਾਰੇ। ਆਹੋ ਰੋਲ ਲੈਣ ਦਾ, ਇਹਨੂੰ ਰਹਿਣ ਦਾ ਵਿੱਚ ਹੀ ਇਹਨੂੰ। ਨਿਆਣੇ ਨਿਕਲ ਗਏ, ਸਟਾਰਟ ਵੀ ਨਹੀਂ ਹੋਣੀ ਉਹ। ਲੈ ਸਟਾਰਟ ਕਿੱਥੋਂ ਹੋਣੀ ਉਹ, ਨਹੀਂ ਉਹ ਆਪ ਹੀ ਕਾਹਦਾ ਵਿੱਚ ਬੈਠਾ ਆ ਉਹ ਗੱਡੀ। ਬਿਲਕੁਲ ਜੀ ਬਿਲਕੁਲ, ਔਰ ਇਹਦੇ ਵਿੱਚ 8 ਬੱਚੀਆਂ ਫਸੀਆਂ ਹੋਈਆਂ ਨੇ, 8 ਲੜਕੀਆਂ ਨੇ ਜਿਹੜੀਆਂ ਫਸੀਆਂ ਹੋਈਆਂ ਨੇ। ਹੋਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਲੇਕਿਨ ਅਣਗਹਿਲੀ ਨਹੀਂ ਕਰਨੀ ਚਾਹੀਦੀ, ਖਾਸ ਕਰਕੇ ਜਦੋਂ ਬਾਰਿਸ਼ ਹੁੰਦੀ ਹੋਵੇ ਤਾਂ। ਬਾਰਿਸ਼ ਦੇ ਦਿਨਾਂ ਦੇ ਵਿੱਚ ਜਦੋਂ ਖਾਸ ਕਰਕੇ ਮੌਸਮ ਵਿਭਾਗ ਦੀ ਚੇਤਾਵਨੀ ਹੋਵੇ ਤਾਂ ਸਾਨੂੰ ਜ਼ਰੂਰ ਮਤਲਬ ਸਕੂਲਾਂ ਕਾਲਜਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਸਿਰਫ ਉਸ ਦਿਨ ਤੱਕ ਜਿਸ ਦਿਨ ਇਹ ਸਾਰਾ ਮਾਹੌਲ ਖਰਾਬ ਹੈ, ਨਹੀਂ ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਦਾ ਸਾਨੂੰ ਸਾਹਮਣਾ ਕਰਨਾ ਪਏਗਾ।